ਗੁੱਡ ਆਫਟਰਨੂਨ ਚੰਡੀਗੜ੍ਹ ਵਾਲਿਓ। ਚੰਡੀਗੜ੍ਹ ਦੇ ਨਜ਼ਦੀਕ ਅਗੇਨ ਤੁਹਾਡੇ ਲਈ ਇੱਕ ਨਿਊਲੀ ਬਿਲਡਅਪ ਹਾਊਸ ਲੈ ਕੇ ਹਾਜ਼ਰ ਹਾਂ, ਜੋ ਕਿ ਲੋਕੇਟਡ ਰਹੇਗਾ ਸੈਕਟਰ 125 ਸਨੀ ਇਨਕਲੇਵ। ਖਰੜ ਤੋਂ ਪਹਿਲੇ ਦੀ ਲੋਕੇਸ਼ਨ ਆ ਜਾਂਦੀ ਹੈ ਖਰੜ ਵਾਲੀ ਸਾਈਡ। ਹਾਊਸ ਅਗਰ ਗੱਲ ਕਰੀਏ 125 ਸਕੇਅਰ ਯਾਰਡ 125 ਗਜ਼ ਡਿਜ਼ਾਈਨ ਕੀਤਾ ਗਿਆ, ਨਿਊਲੀ ਬਿਲਡਅਪ ਹੈ, 1.5 ਸਟੋਰੀਜ਼ ਦੀ 1.5 ਸਟੋਰੀ ਕੰਸਟਰਕਸ਼ਨ ਕੀਤੀ ਗਈ ਹੈ। ਆਊਟਰ ਐਲੀਵੇਸ਼ਨ ਦੇਖੋ, ਬਹੁਤ ਹੀ ਪਿਆਰਾ ਰੱਖਿਆ ਗਿਆ ਆ। ਈਵਨ ਅੱਗੇ ਤੁਹਾਡਾ ਬਮ ਏਰੀਆ ਨੂੰ ਪ੍ਰੋਪਰ ਯੂਟੀਲਾਈਜ਼ ਕੀਤਾ ਗਿਆ ਗ੍ਰੀਨ ਏਰੀਆ ਦੇ ਤੌਰ 'ਤੇ। ਸਾਰਾ ਐਲੀਵੇਸ਼ਨ ਤੁਹਾਡਾ ਫੁੱਲੀ ਟਾਈਲ ਨਾਲ ਕਵਰਡ ਹੈ। ਈਵਨ ਜੋ ਫਸਟ ਫਲੋਰ 'ਤੇ ਤੁਹਾਨੂੰ ਪ੍ਰੋਫਾਈਲ ਲਾਈਟ ਦਿਖ ਰਹੇ ਆ, ਉਹ ਕੋਠੀ ਦੀ ਲੁੱਕ ਨੂੰ ਬਹੁਤ ਹੀ ਜ਼ਿਆਦਾ ਬਿਹਤਰੀਨ ਬਣਾ ਦਿੰਦੀਆਂ ਆ। ਐਂਟਰੀ ਤੁਹਾਡੀ ਲੈਂਪ ਨਾਲ ਹੋਏਗੀ, ਪਿਲਰ ਬਣੇ ਹੋਏ ਆ ਦੋਨੋਂ ਸਾਈਡ, ਅਤੇ ਉਸ 'ਤੇ ਲੈਂਪਸ ਲੱਗੇ ਹੋਏ ਆ। ਸੋ ਸਿੰਗਲ ਫੇਸਿਸ ਹਾਊਸ ਹੈ, ਇੱਕ ਗੱਡੀ ਦੀ ਬਾਹਰ ਪਾਰਕਿੰਗ ਈਜ਼ੀਲੀ ਲੱਗ ਜਾਂਦੀ ਹੈ, ਔਰ ਇੱਕ ਤੁਹਾਡੀ ਵੱਡੀ ਕਾਰ ਈਜ਼ੀਲੀ ਇੰਟਰਨਲੀ ਪਾਰਕ ਹੋ ਜਾਏਗੀ। SUV ਸੈਡਾਨ ਕਾਰ ਈਜ਼ੀਲੀ ਇਸ ਜਗ੍ਹਾ 'ਤੇ ਆ ਜਾਏਗੀ। ਈਵਨ ਤੁਹਾਨੂੰ ਸਟੇਅਰ ਦੇ ਥੱਲੇ ਸਟੋਰੇਜ ਦਾ ਪ੍ਰੋਪਰ ਸਪੇਸ ਮਿਲ ਰਿਹਾ ਆ। ਆਊਟਰ ਸਟੇਅਰ ਹੈ, ਇਸ ਲਈ ਦਿੱਤਾ ਜਾਂਦਾ ਹੈ ਕਿ ਫਸਟ ਫਲੋਰ ਦੇ ਪੋਰਸ਼ਨ ਹੋ ਗਿਆ, ਤੁਸੀਂ ਆਉਣ ਵਾਲੇ ਟਾਈਮ 'ਚ ਰੈਂਟਲ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਰ ਸਕਦੇ ਹੋ। ਅਗਰ ਇਸ ਸਾਈਜ਼ ਦੇਖੀਏ ਤੁਹਾਡਾ ਸਿਟਿੰਗ ਸਪੇਸ ਆ ਜਾਏਗਾ। ਈਵਨ ਇਸ ਏਰੀਆ ਨੂੰ ਆਪਾਂ ਐਜ਼ ਆ ਵਾਸ਼ਿੰਗ ਏਰੀਆ, ਐਜ਼ ਆ 2-wheeler ਪਾਰਕਿੰਗ ਸਪੇਸ ਦੇ ਤੌਰ 'ਤੇ ਵੀ ਯੂਜ਼ ਕਰ ਸਕਦੇ ਹਾਂ। ਟਾਇਲ ਦਾ ਯੂਜ਼ ਕਾਫੀ ਕੀਤਾ ਗਿਆ, ਸੋ ਦੈਟ ਜੋ ਨੀਵੀ ਥੋੜ੍ਹੀ ਥੋੜ੍ਹੀ ਸੀਲਨ ਆ ਜਾਂਦੀ ਹੈ ਜਿੱਥੇ ਪਾਣੀ ਦਾ ਕੰਮ ਹੁੰਦਾ ਜਾਂ ਬਾਰਿਸ਼ ਪੈਂਦੀ ਹੈ, ਉਸ ਚੀਜ਼ ਤੋਂ ਆਪਾਂ ਬਚੇ ਰਹੀਏ। ਸੋ ਸਾਹਮਣੇ ਵਾਲੇ ਘਰ ਦਾ ਮੂੰਹ ਆਪਣੇ ਵੱਲ ਨਹੀਂ ਹੈ, ਇਸ ਲਈ ਆਪਾਂ ਤੁਹਾਨੂੰ ਦੱਸਿਆ ਸੀ ਕਿ ਇਹ ਸਿੰਗਲ ਫੇਸਿਸ ਹੈ। ਇਸ ਤਰਫ ਆਪਣਾ ਐਂਟਰੀ ਡੋਰ ਆ ਜਾਏਗਾ, ਫਸਟ ਆਫ ਆਲ ਮੈਸ਼ ਡੋਰ ਆ ਗਿਆ, ਦੈਨ ਤੁਹਾਡਾ ਇੱਕ ਵੁਡਨ ਦਾ ਡੋਰ ਆ ਗਿਆ। ਸੋ ਡਬਲ ਡੋਰ ਨਾਲ ਤੁਹਾਡੇ ਘਰ ਦੀ ਐਂਟਰੈਂਸ ਰਹੇਗੀ। ਔਰ ਐਂਟਰ ਕਰਦੇ ਸਾਹਮਣੇ ਤੁਹਾਨੂੰ ਇੱਕ ਵੱਡਾ TV ਪੈਨਲ ਦੇਖਣ ਨੂੰ ਮਿਲ ਰਿਹਾ ਆ, ਜੋ ਕਿ ਤੁਹਾਡੇ ਲਿਵਿੰਗ ਏਰੀਆ 'ਚ ਅਟੈਚ ਹੈ। ਇਸ ਇਜ਼ ਆਪਣਾ 7-seater 9-seater ਸੋਫਾ ਆ ਜਾਏਗਾ, ਪਲੱਸ ਇਸ ਇਜ਼ ਆਪਣਾ ਡਾਇਨਿੰਗ ਟੇਬਲ ਆ ਜਾਏਗਾ। ਓਵਰਆਲ ਸਾਈਜ਼ ਦੀ ਗੱਲ ਕਰੀਏ, ਬਹੁਤ ਪਿਆਰਾ ਇੱਥੇ ਸਾਈਜ਼ ਤੁਹਾਨੂੰ ਮਿਲਣ ਵਾਲਾ ਆ। ਲਗਭਗ 18x12 ਡਰੋਇੰਗ ਡਾਇਨਿੰਗ ਏਰੀਆ ਦਾ ਸਾਈਜ਼ ਹੈ। ਫੋਲ ਸੀਲਿੰਗ ਵਿਦ LED ਲਾਈਟ ਵਿਦ ਪ੍ਰੋਫਾਈਲ ਲਾਈਟ ਮਿਲਣ ਜਾ ਰਹੀ ਹੈ ਤੁਹਾਨੂੰ। ਔਰ ਪ੍ਰਾਈਜ਼ ਰਹਿ ਗਿਆ ਸੀ ਦੱਸਣਾ, ਇਸ ਹਾਊਸ ਦਾ ਪ੍ਰਾਈਜ਼ 92 lakh ਰੱਖਿਆ ਗਿਆ ਹੈ। 3-bedroom ਹਾਊਸ ਹੈ। ਕਿਚਨ ਤੁਹਾਡੀ ਮੋਡੂਲਰ ਰਹੇਗੀ, ਚਿਮਨੀ ਕਿਚਨ 'ਚ ਆਲਰੇਡੀ ਇੰਸਟਾਲ ਹੈ। ਅਪਰ ਐਂਡ ਡਾਊਨ ਦੋਨੋਂ ਤਰ੍ਹਾਂ ਦੇ ਕੈਬਿਨੇਟਸ ਬਣੇ ਹੋਏ ਆ। ਇਸ ਤਰਫ ਆਪਣੀ ਨੈਚੁਰਲ ਲਾਈਟ ਲਈ ਔਰ ਵੈਂਟੀਲੇਸ਼ਨ ਲਈ ਵਿੰਡੋ ਆ ਗਈ, ਇਸ ਤੋਂ ਆਪਾਂ ਆਊਟਰ ਚੈੱਕ ਵੀ ਰੱਖ ਸਕਦੇ ਹਾਂ। ਸੈਨੀਟਰੀ ਫਿਟਿੰਗ ਸਾਰੀ ਸੈਰਾ ਬ੍ਰਾਂਡ ਦੀ ਲੱਗੀ ਹੋਈ ਹੈ। ਇਸ ਤਰ੍ਹਾਂ ਆ ਗਿਆ ਆਪਣਾ 1st bedroom ਵਿੱਚ ਸਪੇਸ਼ੀਅਸ ਫੋਲ ਸੀਲਿੰਗ ਵਿਦ LED ਲਾਈਟ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ। ਸਾਹਮਣੇ ਆਪਣੀਆਂ ਨੈਚੁਰਲ ਲਾਈਟ ਲਈ ਵਿੰਡੋਜ਼ ਆ ਗਈਆਂ। ਜੋ ਬੈੱਡ ਦੀ ਬੈਕ ਵਾਲ ਹੈ, ਇਸ ਨੂੰ ਪ੍ਰੋਪਰ ਵਾਲਪੇਪਰ ਨਾਲ ਕਵਰ ਕੀਤਾ ਗਿਆ ਆ। ਬੈੱਡ ਲੱਗਣ ਤੋਂ ਬਾਅਦ ਚੱਲਣ ਲਈ ਪ੍ਰੋਪਰ ਸਪੇਸ ਰਹੇਗਾ ਰੂਮ ਵਿੱਚ। ਇਸ ਤਰ੍ਹਾਂ ਆਪਣੇ ਕਬਰਡਸ ਆ ਗਏ, ਜੋ ਕਿ ਸਲਾਈਡਰ ਹੈ ਵਿਦ ਡਰੈਸਿੰਗ ਟੇਬਲ, ਔਰ ਇਸ ਤਰ੍ਹਾਂ ਤੁਹਾਡਾ TV ਲਗਾਉਣ ਲਈ LED TV ਪੈਨਲ ਬਣਾਇਆ ਹੋਇਆ ਆ। ਇਸ ਰੂਮ ਦੇ ਨਾਲ ਆਪਣਾ ਅਟੈਚ ਵਾਸ਼ਰੂਮ ਆ ਗਿਆ। ਟਾਇਲ ਨੂੰ ਫੁੱਲ ਲੈਂਥ ਦਾ ਰੱਖਿਆ ਗਿਆ ਆ, ਆਲਰੇਡੀ ਟਾਇਲਸ ਲਗਾ ਦਿੱਤੀਆਂ ਗਈਆਂ ਆ, ਸੈਨਿਟਰੀ ਫਿਟਿੰਗ ਲਗਾ ਦਿੱਤੀ ਗਈ ਹੈ, ਫੁੱਲ ਲੈਂਥ ਦੀ ਰੱਖੀ ਗਈ ਹੈ। ਔਰ ਇਹ ਘਰ ਤੁਹਾਡੇ ਲਈ ਬੋਥ ਸਾਈਡ ਓਪਨ ਹੈ, ਬੈਕ ਸਾਈਡ ਵੀ ਆਪਣੀ ਗਲੀ ਲੱਗਦੀ ਹੈ, ਬੈਕ ਸਾਈਡ ਤੋਂ ਵੀ ਆਪਣੀ ਵੈਂਟੀਲੇਸ਼ਨ ਬਣੀ ਰਹੇਗੀ। ਇਸ ਸਾਈਜ਼ ਦੇਖੋ ਆਪਣੀ ਗਲੀ ਆ ਗਈ, ਸੋ ਬੈਕ ਸਾਈਡ ਤੋਂ ਪ੍ਰੋਪਰ ਕਾਰ ਓਪਨ ਹੈ। ਈਵਨ ਰੇਨ ਵਾਟਰ ਤੋਂ ਸੇਫਟੀ ਲਈ ਉੱਪਰ ਸਾਰੇ ਸ਼ੈਡਸ ਲਗਾ ਦਿੱਤੇ ਗਏ ਆ। ਇਸ ਸਾਈਜ਼ ਆਪਣਾ ਗੇਟ ਆ ਗਿਆ, ਜੋ ਕਿ ਬੈਕ ਸਾਈਡ ਦਾ ਗੇਟ ਹੋ ਗਿਆ। ਇਸ ਸਾਈਜ਼ ਆਪਣਾ ਵਾਸ਼ਿੰਗ ਏਰੀਆ ਦਾ ਕੰਮ ਹੋ ਜਾਏਗਾ, ਔਰ ਇਸ ਰੂਮ 'ਚੋਂ ਹੀ ਵਾਸ਼ਿੰਗ ਏਰੀਆ ਦੀ ਮੇਨ ਐਂਟਰੈਂਸ ਦਿੱਤੀ ਗਈ ਹੈ। ਹੁਣ ਆਪਾਂ ਦੇਖਾਂਗੇ 2nd bedroom। ਸੋ ਇਹ ਆ ਗਿਆ ਆਪਣਾ 2nd bedroom। ਇਸ ਵਿੱਚ ਬੈੱਡ ਦੀ ਬੈਕ ਸਾਈਡ ਵਾਲੇ ਕਬਰਡਸ ਡਿਜ਼ਾਈਨ ਦਿੱਤੇ ਗਏ ਆ, ਤਾਂ ਕਿ ਰੂਮ ਦਾ ਸਪੇਸ ਹੋਰ ਜ਼ਿਆਦਾ ਵੱਧ ਜਾਏ। ਸੋ ਦੋਨੋਂ ਸਾਈਡ ਕੈਬਿਨੇਟਸ ਪ੍ਰੋਪਰ ਬਣੇ ਹੋਏ ਆ, ਕਬਰਡਸ ਬਣੇ ਹੋਏ ਆ, ਵਿਚਕਾਰ ਤੁਹਾਡਾ ਬੈੱਡ ਆ ਜਾਏਗਾ, ਪ੍ਰੋਪਰ 6.25 feet ਦਾ ਬੈੱਡ ਆ ਜਾਏਗਾ। ਸ਼ਾਇਦ ਦੇਖਣ 'ਚ ਸਪੇਸ ਨਾ ਲੱਗ ਰਿਹਾ ਹੋਵੇ, ਪਰ ਕਾਊਂਟੇਬਿਲਟੀ ਦੇ ਹਿਸਾਬ ਨਾਲ ਪ੍ਰੋਪਰ ਹੈ। ਇਸ ਇਜ਼ ਆਪਣੀ 4 ਵਿਦ LED ਲਾਈਟਸ ਆ ਗਈਆਂ। ਇਸ ਇਜ਼ ਆਪਣਾ ਵੱਡਾ TV ਪੈਨਲ ਡਿਜ਼ਾਈਨ ਆ ਗਿਆ।
ਗਰਾਸ ਵਰਕ ਯੂਜ਼ ਕੀਤਾ ਗਿਆ ਆਊਟਰ 'ਤੇ, ਸੋ ਦੈਟ ਇਸ ਦੀ ਲੁੱਕ ਬਹੁਤ ਹੀ ਪਿਆਰੀ ਲੱਗੇ। ਡਰੈਸਿੰਗ ਟੇਬਲ ਵੀ ਤੁਹਾਡਾ ਟੀ ਵੀ ਪੈਨਲ ਦੇ ਨਾਲ ਹੀ ਡਿਜ਼ਾਈਨ ਕੀਤਾ ਗਿਆ ਆ। ਇਸ ਰੂਮ ਦੇ ਨਾਲ ਵੀ ਤੁਹਾਡਾ ਅਟੈਚ ਵਾਸ਼ਰੂਮ ਆ ਗਿਆ, ਔਰ ਵਾਸ਼ਰੂਮ ਟਾਈਲ ਫੁੱਲ ਲੈਂਥ ਦੀ ਰੱਖੀ ਗਈ ਹੈ। ਸੈਨੀਟਰੀ ਫਿਟਿੰਗ ਸਾਰੀ ਸੈਰਾ ਬ੍ਰਾਂਡ ਦੀ ਹੈ, ਬ੍ਰਾਂਡਿਡ ਹੈ। ਆਓ ਹੁਣ ਆਪਾਂ ਚੱਲਦੇ ਹਾਂ ਫਸਟ ਫਲੋਰ 'ਤੇ। ਤੁਸੀਂ ਦੇਖ ਹੀ ਲਿਆ ਕਿ ਦੋ ਬੈਡਰੂਮ ਆਪਣੇ ਗਰਾਊਂਡ ਫਲੋਰ 'ਤੇ ਡਿਜ਼ਾਈਨ ਕੀਤੇ ਗਏ ਆ। ਪ੍ਰੋਪਰ ਤਿਆਰ ਹੈ ਤੁਹਾਡਾ ਘਰ, ਤੁਸੀਂ ਰੈਡੀ ਟੂ ਮੂਵ ਹੈ, ਸ਼ਿਫਟ ਕਰ ਸਕਦੇ ਹੋ ਬਾਏ ਕਰਦੇ ਹੀ। ਹੁਣ ਆਪਾਂ ਦੇਖਾਂਗੇ ਫਸਟ ਫਲੋਰ ਵਾਲਾ ਪੋਰਸ਼ਨ। ਫਸਟ ਫਲੋਰ 'ਤੇ ਵੀ ਤੁਹਾਡਾ ਇੱਕ ਬੈਡਰੂਮ ਪਲੱਸ ਕਿਚਨ ਡਿਜ਼ਾਈਨ ਹੈ, ਸੋ ਦੈਟ ਉਸ ਪੋਰਸ਼ਨ ਨੂੰ ਤੁਸੀਂ ਰੈਂਟ ਆਊਟ ਕਰ ਸਕੋ। ਆਊਟਰ ਸਟੇਅਰ ਦਾ ਇਹੀ ਇੱਕ ਬੈਨੀਫਿਟ ਸਭ ਤੋਂ ਵੱਡਾ ਹੋ ਜਾਂਦਾ ਆ। ਔਰ ਇਸ ਜਗ੍ਹਾ 'ਤੇ ਅਗਰ ਰੈਂਟਲ ਦੀ ਗੱਲ ਕਰੀਏ, ਇੱਕ ਬੈਡਰੂਮ ਪਲੱਸ ਕਿਚਨ ਦੀ ਗੱਲ ਕਰੀਏ, ਤਾਂ ਆਰਾਮ ਨਾਲ 10,000 ਦਾ ਰੈਂਟਲ ਇੱਥੇ ਆ ਜਾਂਦਾ ਆ। ਇਸ ਫਰੰਟ ਬਾਲਕਨੀ ਆ ਗਈ, ਲੋਕੈਲਿਟੀ ਫੁੱਲੀ ਡਿਵੈਲਪ ਹੈ। ਇਸ ਵੀ ਆਪਣੀ ਬਾਲਕਨੀ ਆ ਗਈ, ਪਿਜਨ ਕਬੂਤਰ ਦੇਖਣ ਨੂੰ ਮਿਲਿਆ, ਬਹੁਤ ਹੀ ਪਿਆਰਾ ਆ। ਸੋ ਸਭ ਤੋਂ ਪਹਿਲੇ ਫਸਟ ਫਲੋਰ 'ਤੇ ਆ ਜਾਏਗਾ ਆਪਣਾ ਮੋਡੂਲਰ ਕਿਚਨ। ਅਪਰ ਐਂਡ ਡਾਊਨ ਦੋਨੋਂ ਤਰ੍ਹਾਂ ਦੇ ਕੈਬਿਨੇਟਸ ਬਣੇ ਹੋਏ ਆ। ਔਰ ਇਸ ਆ ਗਿਆ ਆਪਣਾ ਰੂਮ। ਰੂਮ ਦੇਖੋ, ਕਬਰਸ ਫਸਟ ਫਲੋਰ 'ਤੇ ਵੀ ਤਿਆਰ ਕੀਤੇ ਗਏ ਆ। ਬੈੱਡ ਦੀ ਬੈਕ ਵਾਲ ਨੂੰ ਵਾਲਪੇਪਰ ਨਾਲ ਕਵਰ ਕੀਤਾ ਗਿਆ ਹੈ। ਔਰ ਇਸ ਸਾਈਜ਼ ਆ ਗਈ ਆਪਣੀ ਫੋਲ ਸੀਲਿੰਗ ਵਿਦ LED ਲਾਈਟ ਵਿਦ ਪ੍ਰੋਫਾਈਲ ਲਾਈਟ। ਇਸ ਸਾਈਜ਼ ਨੈਚੁਰਲ ਲਾਈਟ ਲਈ ਵਿੰਡੋਜ਼ ਆ ਗਈਆਂ। ਔਰ ਅਗਰ ਇਸ ਸਾਈਜ਼ ਆਪਾਂ ਦੇਖੀਏ ਤਾਂ ਅਟੈਚ ਵਾਸ਼ਰੂਮ ਆ ਜਾਏਗਾ। ਵਾਸ਼ਰੂਮ ਬਹੁਤ ਹੀ ਵੱਡਾ ਰੱਖਿਆ ਗਿਆ ਆ, ਕਾਫੀ ਜ਼ਿਆਦਾ ਸਪੇਸ਼ੀਅਸ। ਸਭ ਤੋਂ ਵੱਡਾ ਬਾਥਰੂਮ ਤੁਹਾਨੂੰ ਫਸਟ ਫਲੋਰ 'ਤੇ ਮਿਲਣ ਵਾਲਾ ਆ। ਬੈਕ ਸਾਈਜ਼ ਆਪਣਾ ਟੈਰਿਸ ਏਰੀਆ ਆ ਜਾਏਗਾ। ਸੋ ਇਸ ਸਾਈਜ਼ ਆ ਗਿਆ ਆਪਣਾ ਟੈਰਿਸ ਏਰੀਆ। ਸੋ ਇਸ ਜਗ੍ਹਾ 'ਤੇ ਵੀ ਦੋ ਰੂਮ ਹੋਰ ਡਿਵੈਲਪ ਕੀਤੇ ਜਾ ਸਕਦੇ ਆ, ਪਲੱਸ ਥਰਡ ਫਲੋਰ ਦੀ ਵੀ ਕੰਸਟਰਕਸ਼ਨ ਕੀਤੀ ਜਾ ਸਕਦੀ ਆ। ਬੈਕ ਸਾਈਜ਼ ਦੱਸਿਆ ਜੀ ਤੁਹਾਨੂੰ ਗਲੀ ਹੈ, ਸੋ ਇਸ ਜਗ੍ਹਾ 'ਤੇ ਆ ਗਈ। ਸੋ ਇਹ ਸੀ ਤੁਹਾਡੇ ਲਈ 3-bedroom ਹਾਊਸ, 125 ਗਜ਼ 'ਚ ਡਿਜ਼ਾਈਨ ਕੀਤਾ ਗਿਆ ਆ। ਸੈਕਟਰ 125 ਦੀ ਲੋਕੇਸ਼ਨ ਹੈ ਸਨੀ ਇਨਕਲੇਵ ਦੀ। 92 lakh ਇਸ ਘਰ ਦਾ ਪ੍ਰਾਈਜ਼ ਰੱਖਿਆ ਗਿਆ ਆ। ਇਸ ਘਰ ਦੀ ਜ਼ਿਆਦਾ ਜਾਣਕਾਰੀ ਲਈ ਸਕਰੀਨ 'ਤੇ ਮੈਂਸ਼ਨ ਨੰਬਰ 'ਤੇ ਸਾਨੂੰ ਜਲਦੀ ਤੋਂ ਕਾਲ ਕਰ ਲਓ। ਥੈਂਕ ਯੂ ਐਵਰੀਵਨ।